ਹੈਲੋ ਵੀਵਰ, ਸਤਿ ਸ਼੍ਰੀ ਅਕਾਲ। ਪੰਜਾਬੀ ਤੁਰ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋ ਗੁੱਛੀਆਂ ਅਸੀਂ ਪਾਲਕ ਦੀਆਂ ਲਈਆਂ, ਇੱਕ ਬਾਥੋ ਦੇ ਲਈ। ਇਸ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ, ਮਿਰਚੀ ਪਾਵਾਂਗੇ। ਇਸ ਨੂੰ ਥੋੜ੍ਹਾ ਜਿਹਾ ਉਬਾਲ ਦਵਾ ਕੇ ਫਿਰ ਇਸ ਨੂੰ ਮਿਕਸੀ ਵਿੱਚ ਪੀਸ ਲਵਾਂਗੇ। ਇਹ ਅਸੀਂ ਪੀਸ ਲਿਆ, ਉਬਾਲ ਕੇ ਥੋੜ੍ਹੀ ਜਿਹੀ ਮਿਰਚਾਂ ਪਾਈਆਂ, ਥੋੜ੍ਹੇ ਜਿਹੇ ਨਮਕ ਪਾਇਆ ਸਵਾਦ ਅਨੁਸਾਰ। ਕਾਜੂ ਦੇ ਚਾਰ ਗਿਰੀਆਂ ਲਈਆਂ। ਇਸ ਦਾ ਅਸੀਂ ਕੋਰਮਾ ਬਣਾਵਾਂਗੇ। ਇਸ ਦੀ ਟਿੱਕੀ ਬਣਾਵਾਂਗੇ। ਟਿੱਕੀ ਤੁਸੀਂ ਹੱਥ ਨਾਲ ਵੀ ਬਣਾ ਸਕਦੇ ਹੋ। ਤਵਾ ਰੱਖ ਲਿਆ, ਉੱਤੇ ਥੋੜ੍ਹਾ ਜਿਹਾ ਅਸੀਂ ਤੇਲ ਲਾ ਦਿੱਤਾ। ਇਸ ਦੇ ਉੱਤੇ ਗੈਸ ਹੌਲੀ ਸੇਕ ਵਿੱਚ ਰੱਖਿਆ, ਸਿਮ ਗੈਸ ਰੱਖਿਆ ਅਸੀਂ। ਇਸ ਤਰ੍ਹਾਂ ਬਣਾਉਣੀ ਹੱਥ ਦੇ ਉੱਤੇ, ਤਾਂ ਇਸ ਨੂੰ ਤਵੇ 'ਤੇ ਪਾ ਦਿਆਂਗੇ। ਹੁਣ ਅਸੀਂ ਬਣਾ ਇਸ ਤਰ੍ਹਾਂ ਅਸੀਂ ਤਵੇ ਦੇ ਉੱਤੇ ਪਾ ਦਿੱਤੀ ਆ। ਇਸ ਨੂੰ ਚਾਰ ਟਿੱਕੀਆਂ ਬਣਾਵਾਂਗੇ ਔਰ ਇਸ ਨੂੰ ਤਵੇ 'ਤੇ ਪਾ ਦਿਆਂਗੇ, ਕੰਨਾ ਢੱਕ ਦਿਆਂਗੇ। ਇਸ ਤਰ੍ਹਾਂ ਅਸੀਂ ਬਣਾ ਲਈਆਂ ਸਭ। ਇਸ ਨੂੰ ਹੁਣ ਤਵੇ 'ਤੇ ਪਾ ਲੈ ਕੇ ਤਵੇ 'ਤੇ ਪਾ ਦਿੱਤੀ, ਅਸੀਂ ਤਵੇ 'ਤੇ ਪਾ ਦਿੱਤੀਆਂ। ਇਸ ਨੂੰ ਢੱਕ ਦਿੱਤੀਆਂ ਆ। ਹੁਣ ਇਸ ਨੂੰ ਥੋੜ੍ਹੀ ਦੇਰ ਬਾਅਦ 15 ਮਿੰਟਾਂ ਬਾਅਦ ਦੇਖਾਂਗੇ ਅਤੇ ਇਸ ਨੂੰ ਪਲਟ ਦਿਆਂ। ਹੁਣ ਅਸੀਂ ਪਲੇਟ ਨੂੰ ਉਠਾ ਕੇ ਦੇਖਦੇ ਹਾਂ, ਚੁੱਕ ਬਹੁਤ ਸੋਹਣਾ ਰੰਗ ਆ ਗਿਆ ਇਹਦਾ। ਇਸ ਨੂੰ ਅਸੀਂ ਹੁਣ ਪਲਟ ਦਿੰਦੇ ਹਾਂ ਹੱਥ ਨਾਲ। ਬਹੁਤ ਸੋਹਣੇ ਬਣ ਗਏ, ਸਾਡਾ ਕੋਰਮਾ ਬਣ ਕੇ ਤਿਆਰ ਆ। ਇਸ ਨੂੰ ਤੁਸੀਂ ਚਟਨੀ ਨਾਲ ਖਾਓ, ਹਰੀ ਚਟਨੀ ਨਾਲ, ਬਹੁਤ ਹੀ ਟੇਸਟੀ ਬਣਦੇ ਨੇ। ਹੁਣ ਇਸ ਨੂੰ ਤਵੇ 'ਤੇ ਲਾਉਂਦੇ ਹਾਂ ਅਸੀਂ ਪਲੇਟ। ਗਰਮ ਗਰਮ ਖਾਓ, ਬਹੁਤ ਹੀ ਸਵਾਦ ਬਣਦੇ ਨੇ। ਅਸੀਂ ਕਈ ਵਾਰੀ ਬਣਾਏ ਨੇ, ਅੱਜ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਪਹਿਲੀ ਵਾਰੀ ਸ਼ੇਅਰ ਕੀਤਾ, ਸਾਡੇ ਘਰ ਦੇ ਬਹੁਤ ਖੁਸ਼ ਹੋ ਕੇ ਖਾਂਦੇ ਨੇ। ਇਸ ਨੂੰ ਤੇਲ ਵੀ ਥੋੜ੍ਹਾ ਘੱਟ ਲੱਗਦਾ, ਨਾਲ ਬਣ ਵੀ ਜਲਦੀ ਜਾਂਦੇ ਨੇ। ਇਸ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਨਮਕ, ਮਿਰਚੀ, ਮਸਾਲਾ ਕੁਛ ਵੀ ਪਾ ਸਕਦੇ ਹੋ। ਅਸੀਂ ਨਮਕ ਅਤੇ ਮਿਰਚੀ ਪਾਈ ਸਵਾਦ ਅਨੁਸਾਰ। ਇਸ ਤਰ੍ਹਾਂ ਵੀ ਬਹੁਤ ਸਵਾਦ ਬਣਦੇ ਨੇ, ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ। ਹਰੀ ਮਿਰਚ ਅਤੇ ਧਨੀਏ ਦੀ ਚਟਨੀ ਬਣਾਈ ਅਸੀਂ। ਇਸ ਵਿੱਚ ਥੋੜ੍ਹਾ ਜਿਹਾ ਨਮਕ ਪਾਇਆ, ਇਸ ਵਿੱਚ ਨਾ ਆਟਾ ਪਾਇਆ, ਨਾ ਬੇਸਣ ਪਾਇਆ, ਨਾ ਅਰਾਰੋਟ ਪਾਇਆ। ਅਸੀਂ ਇਸ ਵਿੱਚ ਕੁਛ ਵੀ ਨਹੀਂ ਪਾਇਆ, ਬਿਨਾਂ ਮੈਦੇ ਤੋਂ ਬਣਾਈ ਹੈ ਸਾਰੀ ਚੀਜ਼ਾਂ, ਕੁਛ ਨਹੀਂ ਪਾਇਆ ਇਸ ਵਿੱਚ। ਇਸ ਨੂੰ ਇਸੇ ਤਰ੍ਹਾਂ ਟਿੱਕੀ ਬਹੁਤ ਸਵਾਦ ਬਣ ਜਾਂਦੀ ਹੈ, ਇਹ ਤੋੜ ਕੇ ਵਿੱਚੋਂ ਇਸ ਤਰ੍ਹਾਂ ਦੀ ਹੁੰਦੀ ਹੈ। ਓਕੇ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ। ਪੰਜਾਬੀ ਤੁਹਾਡਾ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੁਸੀਂ ਵੀ ਘਰ ਵਿੱਚ ਬਣਾਓ, ਬਹੁਤ ਟੇਸਟੀ ਬਣਦੇ ਨੇ।